ਬਟਾਲਾ ਦੇ ਸ਼ੀਤਲਾ ਮਾਤਾ ਮੰਦਿਰ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਚੋਰ ਮੰਦਿਰ ਦੀਆਂ ਦਾਨ ਪੇਟੀਆਂ ਤੋੜ ਕੇ ਨਕਦੀ ਲੈ ਕੇ ਫਰਾਰ ਹੋ ਗਏ। ਉੱਥੇ ਮੰਦਿਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਚੋਰੀ ਦੀ ਵਾਰਦਾਤ ਕੈਦ ਹੋ ਗਈ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ। ਉੱਥੇ ਲੋਕਾਂ ਵਿੱਚ ਇਸ ਵਾਰਦਾਤ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੰਦਿਰ ਦੇ 3 ਗੇਟ ਨੇ ਜੋ ਸ਼ਾਮ ਨੂੰ ਬੰਦ ਕਰ ਦਿੱਤੇ ਜਾਂਦੇ ਨੇ, ਜਦਕਿ ਪੰਡਿਤ ਵੀ ਅੰਦਰ ਹੀ ਰਹਿੰਦੇ ਨੇ ਅਤੇ ਪੂਰੇ ਮੰਦਿਰ 'ਚ ਵੱਖ-ਵੱਖ ਥਾਵਾਂ 'ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ। ਉਸ ਦੇ ਬਾਵਜੂਦ ਚੋਰਾਂ ਵੱਲੋਂ ਮੰਦਿਰ ਦੀਆਂ ਦਾਨ ਪੇਟੀਆਂ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਇਲਾਕੇ 'ਚ ਪਹਿਲਾਂ ਵੀ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਬਹੁਤ ਹੀ ਮੰਦਭਾਗੀ ਅਸੀਂ ਇਹ ਘਟਨਾ ਗਿਣਦੇ ਹਾਂ ਜੀ। ਦੇਖੋ, ਰੱਬ ਦੇ ਘਰ ਦੇ ਵਿੱਚੋਂ ਜਿਹੜਾ ਧਨ ਹੈ, ਲੋਕਾਂ ਦੁਆਰਾ ਦਾਨ ਦਿੱਤਾ ਹੋਇਆ ਜਿਹੜਾ ਪੈਸਾ ਹੈ, ਉਹ ਚੋਰੀ ਹੋ ਜਾਣਾ, ਔਰ ਉਹ ਵੀ ਇੰਨੀ ਸਿਕਿਉਰਿਟੀ ਦੇ ਬਾਵਜੂਦ। ਮੰਦਿਰ ਦੇ ਵਿੱਚ ਬਕਾਇਦਾ ਸਾਡੇ ਪੰਡਿਤ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਆ ਜੀ। ਪਿਛਲੇ ਤਕਰੀਬਨ 20 ਸਾਲ ਤੋਂ ਇੱਥੇ ਵਿਰਾਜਮਾਨ ਨੇ। ਪੂਰੀ ਸਿਕਿਉਰਿਟੀ ਦੇ ਨਾਲ ਕੈਮਰੇ ਲੱਗੇ ਹੋਏ ਨੇ ਜੀ। 3 ਗੇਟ ਨੇ ਮੰਦਿਰ ਦੇ, ਜਿਹੜੇ ਕਿ ਤਕਰੀਬਨ ਸ਼ਾਮ ਨੂੰ 5:30-6-7 ਵਜੇ ਤੋਂ ਬਾਅਦ ਇਹ ਬੰਦ ਕਰ ਦਿੰਦੇ ਆ ਜੀ। ਕਿਸੇ ਦੀ ਐਂਟਰੀ ਇੱਥੇ ਨਹੀਂ ਹੋ ਪਾਉਂਦੀ। ਮੰਦਿਰ ਸਵੇਰੇ 3:30 ਵਜੇ ਓਪਨ ਹੋ ਜਾਂਦਾ। ਉਹਦੇ ਬਾਵਜੂਦ ਦੇਖੋ, ਇੱਥੇ ਮੰਦਿਰ ਦੇ ਵਿੱਚ ਚੋਰੀ ਹੋਣਾ ਅਸੀਂ ਮਤਲਬ ਇੱਕ ਆਪਣੇ ਪ੍ਰਸ਼ਾਸਨ ਦੀ ਅਣਗਹਿਲੀ ਸਮਝਦੇ ਹਾਂ ਜੀ। ਬਈ ਇਸ ਰੋਡ ਬਾਰੇ ਅਸੀਂ ਆਲਰੇਡੀ 1.25 ਮਹੀਨੇ ਤੋਂ ਪ੍ਰਸ਼ਾਸਨ ਨੂੰ ਵਾਰ-ਵਾਰ ਰਿਲਾਈਜ਼ ਕਰਾ ਰਹੇ ਹਾਂ ਵੀ ਇਸ ਰੋਡ ਦੇ ਉੱਤੇ ਚੋਰੀਆਂ, ਖੋਹਾਂ, ਲੁੱਟਾਂ ਵੱਧ ਰਹੀਆਂ ਨੇ। ਹਾਲਾਂਕਿ ਅਸੀਂ 3 ਵਾਰੀ ਚੋਰ ਫੜਾ ਚੁੱਕੇ ਹਾਂ ਜੀ ਪੁਲਿਸ ਵਾਲਿਆਂ ਨੂੰ, ਲੇਕਿਨ ਉਹਦਾ ਕੋਈ ਅਸਰ ਸਾਨੂੰ ਨਜ਼ਰ ਨਹੀਂ ਆਇਆ। ਕਿਸੇ ਵੀ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਖਾਸ ਡਿਊਟੀ ਨਹੀਂ ਲਗਾਈ ਗਈ। ਕਿਸੇ ਤਰ੍ਹਾਂ ਦਾ ਇੱਥੇ ਕੋਈ PCR ਦੀ ਜਾਂ ਕੋਈ ਵੀ ਨਾਕਾਬੰਦੀ ਜਾਂ ਕਿਸੇ ਤਰ੍ਹਾਂ ਦੀ ਕੋਈ 8 ਵਜੇ ਤੋਂ 9 ਵਜੇ ਤੋਂ ਬਾਅਦ ਕੋਈ ਪੁੱਛਗਿੱਛ ਨਹੀਂ ਹੁੰਦੀ। 9-10 ਵਜੇ ਤੋਂ ਬਾਅਦ ਜਦੋਂ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਦੇ ਹਾਂ ਜੀ, ਪੂਰਾ ਹਨੇਰਾ ਹੁੰਦਾ, ਕਿਸੇ ਲਾਈਟ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ, ਕਿਸੇ ਦਾ ਧਿਆਨ ਨਹੀਂ ਹੈਗਾ ਜੀ। ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਮਾਰਕੀਟ ਬਹੁਤ ਖੌਫਜ਼ਦਾ ਹੈ, ਆਪਣੇ ਆਪ 'ਚ ਬਹੁਤ ਹੀ ਅਨਸਿਕਿਉਰ ਫੀਲ ਕਰ ਰਹੀ ਹੈ। ਬਈ ਅਗਰ ਮੰਦਿਰ ਦੀ ਇੰਨੀ ਸਿਕਿਉਰਿਟੀ ਦੇ ਬਾਵਜੂਦ ਇੱਥੇ ਅਗਰ ਚੋਰੀ ਹੋ ਸਕਦੀ ਹੈ ਤਾਂ ਸਾਡੇ ਦੁਕਾਨਦਾਰਾਂ ਦਾ ਕੀ ਬਣੇਗਾ? ਦੇਖੋ, ਅਸੀਂ ਰਾਤੀ ਸ਼ਟਰ ਛੱਡ ਕੇ ਚਲੋ 2-2 ਤਾਲੇ ਮਾਰ ਕੇ ਚੱਲ ਜਾਣੇ ਆ ਜੀ। 2-2 ਤਾਲਿਆਂ ਦਾ ਕੀ ਅਸਰ ਹੈ ਜੇ 3-3 ਗੇਟਾਂ ਨੂੰ ਪਾਰ ਕਰਕੇ ਚੋਰ ਚੋਰੀ ਕਰਕੇ ਲੈ ਕੇ ਜਾ ਸਕਦੇ ਨੇ, ਔਰ ਪੰਡਿਤ ਜੀ ਦੇ ਨੱਕ ਦੇ ਥੱਲਿਓਂ ਦੀ? ਜਦਕਿ ਜਿੱਥੇ ਚੋਰੀ ਹੋਈ ਹੈ ਉਹਦੇ ਨਾਲ ਕੰਧ ਨਾਲ ਕੰਧ ਸਾਂਝੀ ਹੈ, ਜਿੱਥੇ ਪੰਡਿਤ ਜੀ ਬਾਹਰ ਬਰਾਮਦੇ 'ਚ ਸੌਂਦੇ ਨੇ। ਔਰ ਦੇਖੋ ਜੀ, ਅਸੀਂ ਤਾਂ 2-2 ਕਿਲੋਮੀਟਰ 3-3 ਕਿਲੋਮੀਟਰ ਘਰਾਂ ਨੂੰ ਜਾ ਕੇ ਸੁੱਤੇ ਪਏ ਹਾਂ, ਅਤੇ ਅਸੀਂ ਪ੍ਰਸ਼ਾਸਨ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹਾਂਗੇ, ਰਿਕੁਐਸਟ ਕਰਾਂਗੇ ਬਈ ਸਾਡੀਆਂ ਪ੍ਰੋਪਰਟੀਆਂ ਦਾ ਥੋੜ੍ਹਾ ਜਿਹਾ ਖਿਆਲ ਕੀਤਾ ਜਾਏ, ਸਾਡੇ ਬਾਰੇ ਵਿਚਾਰ ਕੀਤਾ ਜਾਏ। ਕਿਉਂਕਿ ਦੇਖੋ, ਸਾਨੂੰ ਤਾਂ ਆਲਰੇਡੀ ਕਰੋਨਾ ਦੀ ਮਾਰ ਹੈ, ਕੰਸਟਰਕਸ਼ਨ ਦੀ ਚਲੋ ਮਾਰ ਹੈ, ਪਿਛਲੇ 6-6 ਮਹੀਨੇ ਸਾਡੀਆਂ ਦੁਕਾਨਾਂ ਬੰਦ ਰਹੀਆਂ ਕਿਉਂਕਿ ਸਾਡੀ ਰੋਡ ਬਣ ਰਹੀ ਸੀਗੀ। ਇਹ ਚੀਜ਼ਾਂ ਨੇ ਸਾਨੂੰ ਅੱਗੇ ਬਹੁਤ ਮਾਰਿਆ ਜੀ, ਸਮਾਧ ਰੋਡ ਬਹੁਤ ਪਿੱਛੇ ਪੈ ਚੁੱਕੀ ਹੈ, ਅਤੇ ਅਸੀਂ ਗੁਜ਼ਾਰਿਸ਼ ਕਰਾਂਗੇ ਵੀ ਸਾਡੇ ਵੱਲ ਧਿਆਨ ਦੇ ਪ੍ਰਸ਼ਾਸਨ, ਔਰ ਥੋੜ੍ਹੀ ਜਿਹੀ ਸਾਡੀ ਸੁਣਵਾਈ ਕਰੇ। ਉੱਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮੌਕੇ 'ਤੇ ਗਏ ਸੀਗੇ ਅਤੇ ਉਹ ਦੀਵਾਰ ਦੇ ਵਿੱਚ ਦਾਨ ਪੱਤਰ ਲੱਗਾ ਹੋਇਆ ਸੀਗਾ ਅਤੇ ਉਹ ਤੋੜ ਕੇ ਉਹਦੇ ਵਿੱਚੋਂ ਕਰੀਬ ਪੰਡਿਤ ਦੇ ਦੱਸਣ ਦੇ ਮੁਤਾਬਕ 15,000 ਰੁਪਏ ਦੱਸਦੇ ਆ ਚੋਰੀ ਹੋ ਗਈ ਹੈ ਅਤੇ ਸੀਸੀਟੀਵੀ ਫੁਟੇਜ ਜਿਹੜੇ ਆ ਉਹ ਮਿਲ ਗਈ ਹੈ ਸਾਨੂੰ, ਖੰਗਾਲ ਰਹੇ ਹਾਂ ਅਤੇ ਅੱਗੇ ਜੋ ਬਣਦੀ ਹੈ ਕਾਨੂੰਨੀ ਕਾਰਵਾਈ ਹੋ ਜਾਵੇ। ਬਟਾਲਾ ਤੋਂ ਵਿਕਰਮ ਚੀਮਾ ਦੀ ਰਿਪੋਰਟ। All World Open Challenge 17-time Gold Medalist Mia Rafiq Mohammed, Pandit Maulvi Begum Tantrik, Inna Chora Thagga To Saavdan, Specialist Vashikaran, Sitta Number, Love Marriage, Pati Patni Ch Anban, Videsh Ch Pakka Hona, Karobar Da Na Chalana, Sirf 31 Ghantiyan Vich Samadhan, Free, Mia Rafiq Mohammed, Mobile 84-374-94-648, 84-374-94-648। ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ, ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ, ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ, ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਮੋਬਾਈਲ 98 788 045 88 688 688 617। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।